ਹਾਂਜੀ ਇਹ ਵਾਲਾ ਪਿਓਰ ਮਸਲੀਨ कॉटन ਦਾ ਸੂਟ ਹੈ ਹੈਂਡਵਰਕ ਹੈ ਨਾਲ ਦੁਪੱਟੇ ਤੇ ਕਟਵਰਕ ਹੈ ਇਹ ਵਾਲਾ ਪਿਓਰ ਗੀਜ਼ਾ कॉटन ਦਾ 5 ਮੀਟਰ ਆਲਓਵਰ ਸੂਟ ਰਹੇਗਾ ਨਾਲ ਦੁਪੱਟੇ ਦੇ ਉੱਪਰ ਲੈਸ ਲੱਗੀ ਹੋਈ ਹੈ ਇਹ ਵਾਲੇ ਸੂਟ ਰਹਿਣਗੇ ਜੀ 2.5 ਮੀਟਰ ਦੀ ਸ਼ਰਟ ਰਹੇਗੀ ਮਸਲੀਨ कॉटन ਦੀ ਪਿਓਰ ਮਸਲੀਨ कॉटन ਦੀ ਨਾਲ 2.5 ਮੀਟਰ ਦੀ ਬਾਟਮ ਰਹੇਗੀ ਕੈਮਰੇ कॉटन ਦੀ ਤੇ ਨਾਲ ਦੁਪੱਟਾ ਰਹੇਗਾ ਜੀ ਕੋਟਾ ਡੋਰੀਆ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਸੋਨਾ ਕਟਵਰਕ ਹੋਇਆ ਹੈ ਦੁਪੱਟੇ ਦੇ ਉੱਪਰ ਐਂਡ ਪੈਚ ਵਰਕ ਲੱਗੇ ਹੋਏ ਨੇ ਬਹੁਤ ਜ਼ਿਆਦਾ ਸੋਨੇ ਸੂਟ ਨੇ ਇਹ ਵਾਲੇ ਜੋਰਜਟ ਦੇ ਸੂਟ ਰਹਿਣਗੇ ਜੀ ਨਾਲ 3 ਮੀਟਰ ਦੀ ਬਾਟਮ ਰਹੇਗੀ ਸ਼ਰਤੂਨ ਦੀ ਤੇ ਨਾਲ ਇਹਨਾਂ ਦੇ ਜਿਹੜਾ ਦੁਪੱਟਾ ਹੈ ਉਹ ਵੀ ਜੋਰਜਟ ਦਾ ਰਹੇਗਾ ਦੇਖੋ neck ਦੇ ਉੱਪਰ ਬਹੁਤ ਜ਼ਿਆਦਾ ਸੋਨਾ ਵਰਕ ਰਹੇਗਾ ਕਲਰ অপਸ਼ਨ ਦਿੱਤੇ ਹੋਏ ਨੇ ਇਹ ਵਾਲੇ ਪਿਓਰ कॉटन ਦੇ ਸੂਟ ਆਣਗੇ ਜੀ ਬੇਬਾ कॉटन ਦੇ ਨਾਲ ਦੁਪੱਟਾ ਫੁੱਲ ਪਿਓਰ ਦਾ ਰਹੇਗਾ ਤੇ ਇਹਨਾਂ ਦੇ ਘੇਰੇ ਦੇ ਉੱਪਰ ਬਹੁਤ ਜ਼ਿਆਦਾ ਸੋਨਾ অর্ਗੈਂਜ਼ਾ ਦਾ ਪੈਚਵਰਕ ਲੱਗਾ ਹੈ ਜਿਹਦੇ ਉੱਪਰ ਵਰਕ ਹੋਇਆ ਮਸ਼ੀਨ ਵਰਕ ਕੋਈ ਵੀ ਤੁਹਾਨੂੰ ਲੈਸਾਂ ਲਗਾਉਣ ਦੀ ਲੋੜ ਨਹੀਂ ਹੈਗੀ ਲੈਸਾਂ ਲੱਗੀਆਂ ਲਗਾਈਆਂ ਆਣਗੀਆਂ ਜੀ ਇਹ ਵਾਲੇ ਵੀ ਸੂਟ ਕਾਟਨ ਦੇ ਆਉਣਗੇ ਨਾਲ ਦੁਪੱਟੇ ਬਹੁਤ ਜ਼ਿਆਦਾ ਫੈਂਸੀ ਬਣੇ ਹੋਏ ਨੇ ਤੇ ਉੱਪਰ ਲੈਸ ਵੀ ਲੱਗੀ ਹੋਈ ਹੈ ਵਿੱਚ ਵੀ ਲੈਸ ਦਾ ਕੇ ਕੰਮ ਕੀਤਾ ਹੋਇਆ ਇਹ ਵਾਲੇ ਵੀ ਪਿਓਰ ਮਸਲੀਨ ਕਾਟਨ ਦਾ 5 ਮੀਟਰ ਆਲਓਵਰ ਸੂਟ ਰਹੇਗਾ ਨਾਲ ਦੁਪੱਟੇ ਦੇ ਉੱਪਰ ਵੀ ਮਸਲੀਨ ਕਾਟਨ ਦਾ ਤੇ ਇਹਨਾਂ ਦੀ ਡਿਟੇਲ ਮੈਂ ਦੇ ਚੁੱਕੀ ਹਾਂ ਜੀ ਇਹ ਫਿਰੇ ਪਿਓਰ ਮਸਲੀਨ कॉटन दी शर्ट ਐ बॉटम ਕੈਮਰੀਕ कॉटन दी ਨਾਲ ਦੁਪੱਟਾ ਰਹੇਗਾ ਜੀ ਕੋਟਾ ਡੋਰੀਆ ਦਾ ਕੈਸ਼ 온 ਡਿਲੀਵਰੀ ਨਹੀਂ ਹੈਗੀ ਆਪਣੇ ਪੇਸ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਇਹ ਵਾਲੇ ਸੂਟ ਆਰਡਰ ਕਰ ਸਕਦੇ ਹੋ ਆਪਣਾ ਨੰਬਰ ਦਿੱਤਾ ਹੁੰਦਾ ਜੀ ਆਪਾਂ ਸਟਿਚਿੰਗ ਵੀ ਕਰਦੇ ਆਪਾਂ ਵਰਲਡਵਾਈਡ ਸ਼ਿਪਿੰਗ ਵੀ ਥੈਂਕ ਯੂ ਸੋ ਮੱਚ ਵੀਡੀਓ ਦੇਖਣੇ ਧੰਨਵਾਦ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ